जालंधर में बस्ती बावा खेल के पास डीएसपी बलबीर सिंह की लाश मिली है। बता दे डीएसपी जालंधर का रहने वाला है और पैप संगरूर में पोस्टेड है। बता दे कुछ समय पहले जालंधर के एक गांव में इस डीएसपी ने गांव वालों के साथ लड़ाई हो गई थी। इस तेरे इन्होंने अपनी लाइसेंस की रिवाल्वर के साथ गोली भी चलाई थी और बाद में इनकी गांव वालों के साथ सुलह हो गई थी। ਇਕੱਤੀ ਦਸੰਬਰ ਦੀ ਮਿਡ ਨਾਈਟ ਨੂੰ ਜਿਹੜਾ ਹੈਗਾ ਸਵੇਰੇ 1:30-2 ਵਜੇ ਦੇ ਕਰੀਬ ਦੀ ਗੱਲ ਹੈ। ਸਾਡੇ ਥਾਣਾ ਡਿਵੀਜ਼ਨ ਨੰਬਰ 2 ਦੇ ASE ਡਿਊਟੀ ਅਫਸਰ ਸੀ, ਉਹਨੂੰ ਇਤਲਾਹ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬੋਡੀ ਬਸੀ ਬਾਵਾ ਖੇਲ ਜਿਹੜਾ ਹੈਗਾ ਪੁਲਿਸ ਬਾ ਉਹਦੇ ਨੇੜੇ ਪਈ ਹੈ। ਸੋ ਉੱਥੇ ਜਾ ਕੇ ਚੈੱਕ ਕੀਤਾ ਗਿਆ। ਜਦੋਂ ਮੌਕੇ 'ਤੇ ਡਿਊਟੀ ਅਫਸਰ ਪਹੁੰਚਿਆ ਤਾਂ SHO ਜਾ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਕੋਈ ਹੈੱਡ ਇੰਜਰੀ ਜਿਹੜੀ ਹੈਗੀ ਆ ਉਹਨਾਂ ਦੇ ਸਿਰ 'ਤੇ ਸੀ। ਸੋ ਇਸ ਸੰਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਇਹ ਕੀ ਕਾਰਨ ਕੀ ਹੈ, ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਸਰ ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ? ਇਹ ਦਲਬੀਰ ਸਿੰਘ DSP ਸੀਗੇ, IRB ਰੱਡਾਕੁੱਟੀ ਪੋਸਟਡ ਸੀ। ਸਰ ਇਹ ਪਤਾ ਲੱਗਿਆ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਮਾਰੇ? ਦਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਤੇ ਉਹ ਹੁਣ ਚੈੱਕ ਕਰ ਰਹੇ ਹਾਂ ਅਸੀਂ ਸਾਰਾ ਪਤਾ ਵੀ ਇਹ ਕੀ ਕਾਰਨ ਕੀ ਹੈ, ਵੀ ਐਕਸੀਡੈਂਟ ਕਾਰਨ ਹੈ ਜਾਂ ਕੋਈ ਹੋਰ ਰੀਜ਼ਨ ਹੈ। ਕਿੱਦਾਂ ਐਕਸੀਡੈਂਟ ਹੁੰਦਾ? ਗੱਡੀ ਵੱਜਦੀ ਹੈ, ਗੱਡੀ ਤੋੜ ਟੁੱਟੀ ਜਾਂਦੀ ਹੈ, ਇੱਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਾਰਤੀ ਅੰਸਰ ਹੋਵੇ? ਨਹੀਂ, ਫਿਲਹਾਲ ਅਸੀਂ ਕੁਛ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬੋਡੀ ਜੇ ਇਕੱਲਾ ਉਹਨਾਂ ਦੀ ਬੋਡੀ ਦੇ ਨੇੜੇ ਕੋਈ ਹੋਰ ਵਹੀਕਲ ਜਾਂ ਕੋਈ ਹੋਰ ਕੋਈ ਚੀਜ਼ ਨਹੀਂ ਸੀ, ਲੇਕਿਨ ਇਹ ਹੁਣ ਤਰੀਕੇ ਤੋਂ ਫਾਈਂਡ ਆਊਟ ਕਰ ਰਹੇ ਹਾਂ ਅਸੀਂ। ਨਾਲ ਹੀ ਪਿੰਡ ਹੈ ਬਸਤੀ ਬਾਬਾ ਖਾਲ ਦਾ, ਨਾਲ ਹੀ ਪਿੰਡ ਹੈਗਾ ਇਹਨਾਂ ਦਾ, ਨੇੜੇ ਉਹ ਸਾਈਡ ਹੀ ਰਹਿੰਦੇ ਨੇ। ਨਹੀਂ, ਫੈਮਿਲੀ ਨਾਲ ਜੇ ਕੋਈ ਰਾਬਤਾ ਨਹੀਂ ਕਿਹਾ ਹੋ ਸਕਿਆ। ਸੋ ਫਰਦਰ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ। ਉੱਥੇ ਕੋਈ CCTV ਕੈਮਰਿਆਂ ਦੇ ਵਿੱਚ ਕੁਛ ਆਇਆ? CCTV ਕੈਮਰੇ ਅਸੀਂ ਚੈੱਕ ਕਰਵਾ ਰਹੇ ਹਾਂ। ਸੋ ਅਸੀਂ ਮੌਕੇ ਮੁਤਾਬਕ ਜਿਹੜੇ ਹੋਰ ਜਿਹੜੇ ਉਸ ਰਸਤਾ ਪੈਂਦਾ ਜਾਂ ਹੋਰ ਵੀ ਪ੍ਰੋਪਰ ਚੈੱਕ ਕਰਵਾਵਾਂਗੇ, ਲੇਕਿਨ ਉਹ ਤੋਂ ਬਾਅਦ ਹੀ ਅਪਡੇਟ ਦੇਵਾਂਗੇ। ਠੀਕ ਹੈ ਸਰ। ਜਲੰਧਰ ਸੇ ਪਰਮਜੀਤ ਸਿੰਘ ਕੀ ਰਿਪੋਰਟ, ਕੈਮਰਾਮੈਨ ਯੁਗਮਾਰਕ TV।